ਉਹ ਕਿਤੇ ਬੰਦ ਹੋਣ ਦੇ ਕਿਨਾਰੇ ਨਾ ਚਲੀ ਜਾਵੇ। ਜਿਵੇਂ ਮੈਡੀਕਲ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਹੈ ਫਰੀਦਕੋਟ, ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਸਰ। ਹੁਣ ਦਿੱਕਤ ਕੀ ਆਉਂਦੀ ਹੈ? ਦਿੱਕਤ ਆਉਂਦੀ ਹੈ ਕਿ ਜੇ ਦੇਖੋ ਪਿੰਡ ਦਾ ਸਰਪੰਚ ਵਧੀਆ ਹੋਵੇ ਤਾਂ ਪਿੰਡ ਦਾ ਕਲਿਆਣ ਹੋ ਜਾਂਦਾ, ਡੀਸੀ ਵਧੀਆ ਆ ਜਾਏ ਤਾਂ ਜ਼ਿਲ੍ਹੇ ਦਾ ਕਲਿਆਣ ਹੋ ਜਾਂਦਾ, ਐਮਐਲਏ ਵਧੀਆ ਆ ਜਾਏ ਤਾਂ ਹਲਕੇ ਦਾ ਕਲਿਆਣ ਹੋ ਜਾਂਦਾ, ਐਮਪੀ ਵਧੀਆ ਆ ਜਾਏ 9 ਹਲਕਿਆਂ ਦਾ ਕਲਿਆਣ ਹੋ ਜਾਂਦਾ, ਮੁੱਖ ਮੰਤਰੀ ਵਧੀਆ ਆ ਜਾਏ ਤਾਂ ਸੂਬੇ ਦਾ ਕਲਿਆਣ ਹੋ ਜਾਂਦਾ, ਪ੍ਰਧਾਨ ਮੰਤਰੀ ਵਧੀਆ ਆ ਜਾਏ ਤਾਂ ਦੇਸ਼ ਦਾ ਕਲਿਆਣ ਹੋ ਜਾਂਦਾ। ਯੂਨੀਵਰਸਿਟੀ ਦੇ ਵਿੱਚ ਬੀਸੀ ਵਧੀਆ ਆ ਜਾਏ ਤਾਂ ਕਲਿਆਣ ਹੋ ਜਾਂਦਾ। ਬੀਸੀ ਦੀ ਜੇ ਇਹ ਚਾਹਤ ਹੋਵੇ ਕਿ ਮੈਂ ਇਸ ਸੰਸਥਾ ਨੂੰ ਉੱਪਰ ਲੈ ਕੇ ਜਾਣਾ ਤਾਂ ਕੋਈ ਰੋਕ ਹੀ ਨਹੀਂ ਸਕਦਾ ਉਸ ਸੰਸਥਾ ਨੂੰ ਉੱਪਰ ਜਾਣ ਤੋਂ, ਭਾਵੇਂ ਉਹ ਸਪੋਰਟਸ 'ਚ ਹੋਵੇ, ਅਕੈਡਮਿਕ ਫੀਲਡ ਹੋਵੇ, ਕਲਾ 'ਚ ਹੋਵੇ, ਜਿੱਧਰ ਮਰਜ਼ੀ ਹੋਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰ ਲਓ ਸਰ, ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਪਰਫੋਰਮ ਕਰਕੇ ਵੱਡੇ ਬਣੇ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬੜਾ ਇਤਿਹਾਸ ਹੈ ਸਰ, ਮਨਮੋਹਨ ਸਿੰਘ ਜੀ ਤੋਂ ਲੈ ਕੇ ਅਨੁਪਮ ਖੇਰ, ਕਿੱਡੇ ਕਿੱਡੇ ਵੱਡੇ ਵੱਡੇ ਕਲਾਕਾਰ ਅਤੇ ਬਿਜ਼ਨਸਮੈਨ ਇਸ ਯੂਨੀਵਰਸਿਟੀ ਦੇ ਐਲੂਮਨੀ ਨੇ। ਹਰ ਦਿੱਕਤ ਆਉਂਦੀ ਹੈ, ਚੁਣੇ ਹੋਏ ਹਾਂ, ਪੰਜਾਬ ਦੇ ਕਲਚਰ ਨੂੰ ਜਾਣਦੇ ਹਾਂ, ਬੀਸੀ ਲਾਉਣਾ ਚਾਹੁੰਦੇ ਹਾਂ ਵਧੀਆ, ਪਰ ਫਿਰ ਉਹੀ ਗੱਲ ਇੱਕ ਉਧਰੋਂ ਭੇਜਿਆ ਹੋਇਆ ਤਾਂ ਤੋਂ ਪਤਾ ਨਹੀਂ ਮਹਾਰਾਸ਼ਟਰ ਤੋਂ ਹੋਊਗਾ ਜਾਂ ਨਾਗਾਲੈਂਡ ਤੋਂ ਹੋਊਗਾ, ਪਤਾ ਨਹੀਂ ਕਿੱਥੋਂ ਹੋਊਗਾ। ਉਹ ਕਹਿੰਦਾ ਵੀ ਤੁਸੀਂ 3 ਨਾਂ ਲਿਖ ਕੇ ਦਿਓ, ਮੈਂ ਚੁਣੂ ਫਿਰ ਉਹਨਾਂ ਚੋਂ, ਤੁਸੀਂ ਨਹੀਂ ਚੁਣ ਸਕਦੇ। ਕਮਾਲ ਹੈ ਸਰ, ਜੇ ਅਸੀਂ ਤਾਂ ਬੀਸੀ ਨਹੀਂ ਲਾ ਸਕਦੇ ਉਹਦੀ ਯੂਨੀਵਰਸਿਟੀ ਦਾ, ਫਿਰ ਸਰ ਲੋਕਾਂ ਦੇ ਫਤਵੇ ਦਾ ਨਿਰਾਦਰ ਹੋ ਗਿਆ। ਤਾਂ ਵੈਸਟ ਬੰਗਾਲ ਨੇ ਇਹ ਰੂਲ ਲਾਗੂ ਕਰ ਲਿਆ, ਪੰਜਾਬ ਦੇ ਵਿੱਚ ਅਸੀਂ ਅੱਜ ਇਹ ਲੈ ਕੇ ਆਏ ਹਾਂ ਐਕਟ ਕਿ ਅੱਜ ਤੋਂ ਬਾਅਦ, ਹਾਲਾਂਕਿ ਸਹਿਣ ਉਹਨਾਂ ਨੇ ਕਰਨੇ ਨੇ, ਕਰਾਵਾਂਗੇ ਸਹਿਣ ਉਹਨਾਂ ਤੋਂ, ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਰਾਜਪਾਲ ਨਹੀਂ ਹੋਊਗਾ ਜੀ, ਮੁੱਖ ਮੰਤਰੀ ਦਾ ਚਾਂਸਲਰ, ਜਿਹੜਾ ਵੀ ਮੁੱਖ ਮੰਤਰੀ ਆਵੇ ਉਹ ਚਾਂਸਲਰ ਹੋਊਗਾ ਜੀ, ਉਹ ਆਪਦੇ ਹਿਸਾਬ ਨਾਲ ਬੀਸੀ ਲਾ ਸਕਦਾ ਸਰ। ਸੋ ਇਹ ਐਕਟ 'ਚ ਅਸੀਂ ਲੈ ਕੇ ਆਏ ਹਾਂ। ਬੰਗਾਲ ਦੇ ਵਿੱਚ ਅਸੀਂ ਆਲਰੇਡੀ, ਕਿਉਂਕਿ ਮੈਂ ਇਹ ਦੇਖਿਆ ਜਦੋਂ ਪਿਛਲੇ ਦਿਨੀ ਖੱਟਰ ਸਾਹਿਬ ਪੰਜਾਬ ਦੇ ਰਾਜਪਾਲ ਸਾਹਿਬ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਕਾਲਜਾਂ ਦੀ ਐਫੀਲੀਏਟਡ ਦਾ ਮਾਮਲਾ ਸੀਗਾ, ਤੁਹਾਡੇ ਬਹੁਤ ਸਾਰੇ ਕਾਲਜ ਨੇ, ਡਿਪਟੀ ਸਪੀਕਰ ਸਾਹਿਬ ਬੈਠੇ ਨੇ, ਉਹ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਅਟੈਚ ਨੇ ਸਰ, ਐਫੀਲੀਏਟਡ। ਮੈਂ ਕਿਹਾ ਵੀ ਨਹੀਂ, ਸਾਡੇ ਕੋਲ ਆਲਰੇਡੀ 172 ਹੈਗੇ ਨੇ, ਅਸੀਂ ਨਹੀਂ ਕਰ ਸਕਦੇ। ਕਰਦੇ ਕਰਾਉਂਦੇ ਕਹਿੰਦੇ 42 ਕੁ ਕਰ ਲਓ, ਪੰਚਕੂਲੇ ਦੇ ਅੰਬਾਲੇ ਦੇ 42 ਕੁ ਕਾਲਜ ਆ ਐਫੀਲੀਏਟ ਕਰ। ਮੈਂ ਕਿਹਾ ਜੀ ਹੁਣ ਕਿੱਥੇ ਐਫੀਲੀਏਟਡ ਨੇ? ਕਹਿੰਦੇ ਕੁਰੂਕਸ਼ੇਤਰਾ 'ਚ ਯੂਨੀਵਰਸਿਟੀ, ਕੁਰੂਕਸ਼ੇਤਰਾ A+ ਆਉਂਦੀ ਹੈ ਜੀ ਉਹਦੀ ਰੇਟਿੰਗ, ਪੰਜਾਬ ਯੂਨੀਵਰਸਿਟੀ A ਹੈ। ਮੈਂ ਕਿਹਾ ਜੀ ਖੱਟਰ ਸਾਹਿਬ, ਇਹਦਾ ਮਤਲਬ ਕੁਰੂਕਸ਼ੇਤਰਾ ਯੂਨੀਵਰਸਿਟੀ 'ਤੇ ਇੰਨਾ ਵੀ ਯਕੀਨ ਨਹੀਂ ਬਣ ਸਕਿਆ ਕਿ ਕਾਲਜ ਇੱਧਰ ਨੂੰ ਭੱਜਣ ਨੂੰ ਫਿਰਦੇ ਨੇ।
ਅਸੀਂ ਹਰਿਆਣੇ ਦੇ ਸਟੂਡੈਂਟਾਂ ਦੇ ਖਿਲਾਫ਼ ਨਹੀਂ ਹੈਗੇ, 34% ਹਰਿਆਣੇ ਦੇ ਸਟੂਡੈਂਟ ਪੜ੍ਹਦੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਅਸੀਂ ਉਹਦੇ ਖਿਲਾਫ਼ ਨਹੀਂ ਹੈਗੇ। ਪਰ ਤੁਸੀਂ ਕਾਲਜ ਸਾਨੂੰ ਕਿਉਂ ਥੱਪ ਰਹੇ ਹੋ? ਕਹਿੰਦੇ ਜੀ ਕੋਈ ਖਰਚਾ ਨਹੀਂ, ਬਸ ਇਕੱਲੇ ਇਗਜ਼ਾਮ ਹੀ ਲੈਣੇ ਨੇ। ਮੈਂ ਕਿਹਾ ਫਿਰ ਜੇ ਕੋਈ ਖਰਚਾ ਹੀ ਨਹੀਂ ਫਿਰ ਤੁਸੀਂ ਕੁਰੂਕਸ਼ੇਤਰਾ 'ਚ ਰੱਖ ਲਓ। ਅਸਲ 'ਚ ਕੀ ਹੈ ਨਾ, ਉਹ ਸੈਨੇਟ 'ਚ ਘੁਸਣ ਨੂੰ ਫਿਰਦੇ ਨੇ ਜੀ। ਸੈਨੇਟ ਦਾ ਮੈਂਬਰ ਹੈ ਨਹੀਂ ਹਰਿਆਣੇ ਦਾ ਕੋਈ, ਉਹਨਾਂ ਨੇ ਆਪ ਹੀ 1970 'ਚ ਵਾਪਸ ਲੈ ਲਿਆ ਸੀ ਵੀ ਅਸੀਂ ਨਿਕਲਦੇ ਹਾਂ ਇਸ ਯੂਨੀਵਰਸਿਟੀ 'ਚੋਂ। ਆਖਰੀ ਗ੍ਰੈਜੂਏਟ 1973 'ਚ ਹੋਇਆ ਜੀ, 50 ਸਾਲ ਹੋ ਗਏ ਜੀ, ਸੈਨੇਟ 'ਚ ਵੋਟ ਹੈ ਨਹੀਂ ਕੋਈ। ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਅਸਲ 'ਚ, ਜਿਹੜਾ ਕਿ ਪੰਜਾਬ ਨਹੀਂ ਲਾਅ ਕਰ ਸਕਦਾ। ਉਹ ਆਪ ਹੀ ਦੱਸ ਬੈਠੇ ਕਹਿੰਦੇ ਸਾਡੇ ਤਾਂ ਜੀ 1973 ਤੋਂ ਬਾਅਦ ਕੋਈ ਹੈ ਨਹੀਂ। ਸੋ ਇਸ ਕਰਕੇ ਉਹ ਕਾਲਜਾਂ ਦੀ ਐਫੀਲੀਏਸ਼ਨ ਲੈਂਦੇ ਆ। ਫਿਰ ਉਹ ਕੀ ਕਹਿੰਦੇ ਆ, ਰਾਜਪਾਲ ਸਾਹਿਬ ਮੈਨੂੰ ਕਹਿਣ ਕਰ ਲਓ ਜਲਦੀ ਜਲਦੀ। ਮੈਂ ਕਿਹਾ ਸਰ ਤੁਸੀਂ ਉੱਧਰਲੇ ਪਾਸੇ ਕਿਉਂ ਬੋਲਦੇ ਹੋ, ਤੁਸੀਂ ਪੰਜਾਬ ਦੇ ਰਾਜਪਾਲ ਹੋ, ਪ੍ਰੈਸ਼ਰ ਉੱਥੋਂ ਆਉਂਦਾ ਜੀ ਤਾਂ। ਪੰਜਾਬ ਦੀ ਗਲੋਰੀ ਨਹੀਂ ਛੱਡਣੀ ਕੋਈ, ਪੰਜਾਬ ਦੀ ਇਤਿਹਾਸ, ਪੰਜਾਬ ਦੀ ਕੋਈ ਵਿਰਸਾ ਇਸ ਚੀਜ਼ ਨਾਲ ਜੁੜਿਆ ਹੋਇਆ, ਯੂਨੀਵਰਸਿਟੀ ਨਾਲ ਜੁੜਿਆ ਹੋਇਆ। ਇੱਥੇ ਉਹ ਵੀ ਬੱਚੇ ਨੇ, ਸਟੂਡੈਂਟ ਉੱਥੋਂ ਦੇ ਰਹੇ ਨੇ, ਇੱਥੇ ਉਹ ਵੀ ਸਟੂਡੈਂਟ ਨੇ ਜਿਹੜੇ ਕਹਿ ਕੇ ਕਮਰਾ ਲੈਂਦੇ ਨੇ ਕਿ ਮੇਰੇ ਬਾਪੂ ਕੋਲ ਸੀ ਇਹ ਕਮਰਾ ਹੋਸਟਲ ਦਾ, ਮੈਨੂੰ ਇਹ ਕਮਰਾ ਦਿਓ, ਮੈਂ ਆਪਣੇ ਬਾਪੂ ਵਾਲੇ ਕਮਰੇ 'ਚ ਪੜ੍ਹਨਾ। ਅਤੇ ਅਸੀਂ ਹੁਣ ਫੰਡਾਂ ਵੱਲੋਂ ਕੋਈ ਕਮੀ ਨਹੀਂ ਛੱਡੀ, ਹੁਣੇ 49 ਕਰੋੜ, ਦੋ ਗਰਲਜ਼ ਹੋਸਟਲ ਦੇ 4 ਫਲੋਰ ਅਤੇ ਬੋਆਇਜ਼ ਹੋਸਟਲ ਦੇ 4 ਫਲੋਰ ਵਾਸਤੇ 49 ਕਰੋੜ ਰੁਪਏ ਜਾਰੀ ਕੀਤਾ ਅਸੀਂ ਪੰਜਾਬ ਯੂਨੀਵਰਸਿਟੀ। ਮੈਨੂੰ ਕਹਿੰਦੇ ਪੈਸੇ ਲੈ ਲਓ ਜੀ, ਕਹਿੰਦੇ ਹਮਾਰਾ ਹਿੱਸਾ ਕਾਲਜ ਦੇ ਦਿਓ, ਪੈਸੇ ਲੈ ਲਓ। ਮੈਂ ਕਿਹਾ ਕੱਲ੍ਹ ਨੂੰ ਤੁਸੀਂ ਪੰਜਾਬ ਦਾ ਰੇਟ ਪੁੱਛੋਗੇ, ਪੰਜਾਬ ਕੀ ਭਾਅ ਵੇਚਦੇ ਹੋ ਤੁਸੀਂ, ਐਂ ਪੈਸੇ ਲੈ ਕੇ ਸਾਰਾ ਕੁਝ ਹੋ ਜਾਂਦਾ ਹੁੰਦਾ? ਮੈਂ ਕਿਹਾ ਵੀ ਸਾਡੀ ਲੈਗੇਸੀ ਹੈ, ਸਾਡਾ ਸੱਭਿਆਚਾਰ ਕਲਚਰ ਸਾਡਾ ਜੁੜਿਆ ਹੋਇਆ, ਅਸੀਂ ਪੰਜਾਬ ਯੂਨੀਵਰਸਿਟੀ ਕਿਤੇ ਨਹੀਂ ਜਾਣ ਦੇਣੀ। ਸੋ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਵਿੱਚ, ਸਿੰਡੀਕੇਟ ਦੇ ਵਿੱਚ ਉਹ ਬੰਦੇ ਫਸਾਉਂਦੇ ਨੇ ਤਾਂ ਕਿ ਅਸੀਂ ਹਾਈਜੈਕ ਕਰ ਲਈਏ। ਇਹਨਾਂ ਚੀਜ਼ਾਂ ਰੋਕਣ ਵਾਸਤੇ ਬਿੱਲ ਹੈ ਸਰ, ਕਿ ਅਸੀਂ ਆਪਣੀ ਮਨਮਰਜ਼ੀ ਦਾ ਪੰਜਾਬ ਨੂੰ ਪਿਆਰ ਕਰਨ ਵਾਲਾ, ਪੰਜਾਬੀਅਤ ਨੂੰ ਪਿਆਰ ਕਰਨ ਵਾਲਾ, ਪੰਜਾਬ ਦੇ ਕਲਚਰ ਨੂੰ ਜਾਣਨ ਵਾਲਾ VC ਲਾਈਏ ਤਾਂ ਕਿ ਉਹ ਸੰਸਥਾ ਜਿਹੜੀ ਉੱਪਰ ਉੱਠ ਸਕੇ। ਇਸ ਤੋਂ ਪਹਿਲਾਂ ਵੀ ਮੈਡੀਕਲ ਯੂਨੀਵਰਸਿਟੀ ਦਾ ਰੌਲਾ ਪਿਆ, ਬਾਬਾ ਫਰੀਦ ਦਾ, ਬੜੇ ਵੱਡੇ ਡਾਕਟਰ ਨੇ, ਡਾਕਟਰ ਵੈਂਡਰ, ਬਹੁਤ ਮੰਨੇ ਪਰਮੰਨੇ, ਬੜੀ ਮੁਸ਼ਕਲ ਨਾਲ ਮਨਾਏ ਉਹ ਕਿ ਪਲੀਜ਼ ਸਾਨੂੰ ਉੱਥੇ ਮੰਨ ਜਾਓ, ਤੁਸੀਂ ਤੁਹਾਨੂੰ ਉੱਥੇ VC ਲਾ ਦਿੰਦੇ ਹਾਂ। ਲਾਏ, ਹਟਾ ਤੇ ਜੀ, ਮੈਂ ਨਹੀਂ ਲਾਉਂਦਾ, ਮੈਂ ਤਾਂ ਹੋਰ ਨੂੰ ਲਾਊਂਗਾ। ਸੋ ਮੈਂ ਸਮਝ ਰਿਹਾ ਕਿ ਫਿਰ ਚੁਣ ਕੇ ਕੌਣ ਆਇਆ ਹੈ, ਜਨਾਬੇ ਵਾਲੀ ਰਾਜਭਵਨ ਵਾਲੇ ਇਲੈਕਸ਼ਨ ਲੜ ਲੈਣ, ਫਾਜ਼ਿਲਕਾ ਵੱਲ ਜਾਂਦੇ ਆ, ਫਿਰੋਜ਼ਪੁਰ ਵੱਲ ਜਾਂਦੇ ਆ, ਟਿਕਟ ਲੈ ਲੈਣਾ ਉੱਧਰੋਂ, ਮੇਰੇ ਹੈਲੀਕਾਪਟਰ ਲੈ ਜਾਂਦੇ, ਮੈਨੂੰ ਗਾਲਾਂ ਕੱਢੇ ਆਉਂਦੇ ਆ, ਸਰਕਾਰ ਦਾ ਹੈਲੀਕਾਪਟਰ ਨਾ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਇੰਟਰਫੇਰੈਂਸ ਚਾਹੀਦੀ ਹੈ ਰਾਜਪਾਲਾਂ ਦੀ। ਸੋ ਉਹਨਾਂ ਦਾ ਕੰਮ ਸਹੁੰ ਚੁਕਾਉਣਾ ਹੁੰਦਾ, ਉਹ ਚੁਕਾਤੀ ਉਹਨਾਂ ਨੇ, ਕੋਈ ਹੋਰ ਕਿਸੇ ਨੂੰ ਸਹੁੰ ਚੁਕਾਉਣੀ ਹੋਈ ਅਸੀਂ ਦੁਬਾਰੇ ਚੱਲ ਜਾਂਗੇ ਉਹਨਾਂ ਕੋਲ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗੱਲ ਗੱਲ 'ਤੇ ਤੰਗ ਕਰਨ, ਇਹਨੂੰ ਵਿੱਚੋਂ ਕੈਬਨਿਟ 'ਚੋਂ ਕੱਢ ਦਿਉ, ਇਹਨੂੰ ਰੱਖ ਲਓ, ਇਹਨੂੰ ਐਂ ਕਰ ਦਿਉ, ਇਹ ਲੋਕ ਫੈਸਲਾ ਕਰਨਗੇ। ਜੇ ਮੈਂ ਗਲਤ ਬੰਦੇ ਕੈਬਨਿਟ 'ਚ ਰੱਖੂੰਗਾ ਜਾਂ ਮੈਂ ਆਪਣੇ MLA ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰੂੰਗਾ ਤਾਂ ਲੋਕ ਫੈਸਲਾ ਕਰ ਦੇਣਗੇ 2027 'ਚ। ਉਹ ਕੌਣ ਹੁੰਦੇ ਕਿ ਤੁਸੀਂ ਇਹਨੂੰ ਰੱਖ ਲਾ, ਤੂੰ ਹੁਣ ਇਹਨੂੰ ਕੱਢ ਦੇ। ਇਸੇ ਕਰਕੇ ਬਿੱਲ ਹੈ ਸਰ, ਅਸੀਂ ਐਜੂਕੇਸ਼ਨ ਨੂੰ ਪੰਜਾਬ ਦੇ ਹੱਥਾਂ 'ਚ ਲੈ ਕੇ ਆਉਣਾ ਚਾਹੁੰਦੇ ਹਾਂ, ਅਸੀਂ ਮੈਡੀਕਲ ਸਾਇੰਸਿਸ ਨੂੰ
ਪੰਜਾਬ ਦੇ ਹੱਥਾਂ 'ਚ ਲੈ ਕੇ ਆਉਣਾ ਚਾਹੁੰਦੇ ਹਾਂ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਜਿਹੜੇ ਚਾਂਸਲਰ ਨੇ ਉਹ ਗਵਰਨਰ ਦੀ ਜਗ੍ਹਾ 'ਤੇ ਚੀਫ ਮਿਨਿਸਟਰ ਹੋਣੇ ਚਾਹੀਦੇ ਨੇ। ਮੈਂ ਇਸ ਬਿੱਲ ਦੇ ਹੱਕ 'ਚ ਹਾਂ ਜੀ। ਜੀ ਅਪੋਜੀਸ਼ਨ 'ਚੋਂ ਕੋਈ ਸਾਥੀ ਬੋਲਣਾ ਚਾਹੁੰਦਾ? ਜੀ ਸੁਖੀ ਜੀ। ਜਿਹੜਾ ਮੰਤਰੀ ਸਾਹਿਬ ਬਿੱਲ ਲੈ ਕੇ ਆਏ ਆ, ਅਕਾਲੀ ਦਲ ਉਹਦੀ ਸਪੋਰਟ ਕਰਦਾ। ਅਸੀਂ ਕਿਉਂਕਿ CM ਸਾਹਿਬ ਨੇ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।